गढ़शंकर पहुंचे आम आदमी पार्टी पंजाब दे इंचार्ज जरनैल सिंह ने खेती ऑर्डिनेंस दे मामले विच भाजपा दे कांग्रेस नूं घेरदिआं कहा कि खेती ऑर्डिनेंस लियाउण दे मामले विच केंद्र दी भाजपा ते कांग्रेस दी भूमिका हुण छुपी नहीं रही। उन्हां कहा कि हाई पावर कमेटी विच 6 सूबिआं दे मुख्यमंत्री शामिल होए सन, जिन्हां विच शामिल पंजाब दे मुख्यमंत्री वल्लों भी खेती ऑर्डिनेंस नूं प्रवानगी दित्ती गई। विरोधी धिर दे नेता हरपाल सिंह चीमा, हरचरण सिंह बरसट ते होरां नाल विधायक जय कृष्ण रोड़ी नाल पिता दे देहांत उत्ते अफसोस करन पहुंचे। जरनैल सिंह ने कहा कि हुण खेती ऑर्डिनेंस मामले विच पंजाब दे किसान भुगत रहे हन तां कांग्रेस अते अकाली दल वल्लों फर्जी रैलियां करके ड्रामेबाजी कीती जा रही है। वेखो खेती ऑर्डिनेंस दे नुकसान ਉਹਦੀ ਉਹਨੂੰ ਖੇਤੀ ਆਰਡੀਨੈਂਸ ਵਿੱਚ ਲਿਆਉਣ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਅਤੇ ਕਾਂਗਰਸ ਦਾ ਕੀ ਭੂਮਿਕਾ ਰਹੀ ਹੈ ਇਹ ਹੁਣ ਕਿਸੇ ਤੋਂ ਛੁਪੀ ਨਹੀਂ ਰਹੀ। ਆਪਾਂ ਸਾਰੇ ਜਾਣਦੇ ਹਾਂ ਹਾਈ ਪਾਵਰ ਕਮੇਟੀ ਵਿੱਚ ਜਿਹਦੇ 'ਚ 6 ਸੂਬਿਆਂ ਦੇ ਮੁੱਖ ਮੰਤਰੀ ਸਾਹਿਬਾਨ ਸੀਗੇ, ਉਹਦੇ 'ਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਆਪ ਇਸੇ ਬਿੱਲ ਨੂੰ ਪ੍ਰਵਾਨਗੀ ਦਿੱਤੀ ਹੈ। ਜੇ ਕੇਂਦਰ ਸਰਕਾਰ ਦੀ ਗੱਲ ਕਰੀਏ, ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਤਾਂ ਉਹ ਆਪ ਸਾਰੀ ਕੈਬਨਿਟ ਦੀ ਮੀਟਿੰਗਸ ਵਿੱਚ ਸ਼ਾਮਲ ਰਹੇ ਨੇ ਜਿਹਦੇ ਵਿੱਚ ਇਸ ਆਰਡੀਨੈਂਸ ਨੂੰ ਪ੍ਰਵਾਨਗੀ ਮਿਲੀ ਹੈ। ਹੁਣ ਜਦੋਂ ਉਹਦਾ ਖਾਮਿਆਜ਼ਾ ਸਾਰਾ ਪੰਜਾਬ ਸਾਰੇ ਪੰਜਾਬ ਦੇ ਕਿਸਾਨ ਭੁਗਤ ਰਹੇ ਨੇ, ਅਤੇ ਇੱਕ ਫਰਜ਼ੀ ਤੌਰ 'ਤੇ ਇੱਕ ਡਰਾਮੇਬਾਜ਼ੀ ਦੇ ਤੌਰ 'ਤੇ ਇੱਥੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਅਸਲ 'ਚ ਕਿਸਾਨਾਂ ਦੇ ਨਾਲ ਖੜਨ ਦੀ ਅੱਜ ਲੋੜ ਹੈ। ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਜਿੱਥੇ ਵੀ ਕਿਸਾਨ ਧਰਨੇ ਪ੍ਰਦਰਸ਼ਨ ਮੁਜ਼ਾਹਰੇ ਕਰ ਰਹੇ ਨੇ, ਉੱਥੇ ਜਾ ਕੇ ਉਹਨਾਂ ਦੇ ਨਾਲ ਬਹਿ ਕੇ ਉਹਨਾਂ ਨੂੰ ਸੰਘਰਸ਼ ਨੂੰ ਮਜ਼ਬੂਤ ਕਰ ਰਹੇ ਨੇ। ਅਤੇ ਇੱਕੋ ਪਾਰਟੀ ਹੈ ਜਿਹਦਾ ਪਹਿਲੇ ਦਿਨ ਤੋਂ ਹੁਣ ਤੱਕ ਇੱਕੋ ਸਟੈਂਡ ਹੈ, ਆਪਣੇ ਸਟੈਂਡ 'ਤੇ ਕਾਇਮ ਹੈ ਕਿ ਆਪਾਂ ਇਸ ਖੇਤੀ ਕਿਸਾਨੀ ਨੂੰ ਨੁਕਸਾਨ ਕਰਨ ਵਾਲੇ, ਕਿਸਾਨਾਂ ਨੂੰ ਖਤਮ ਕਰਨ ਵਾਲੇ ਆਰਡੀਨੈਂਸ ਦੇ ਖਿਲਾਫ ਸੀਗੇ, ਖਿਲਾਫ ਹਾਂ ਅਤੇ ਖਿਲਾਫ ਰਹਾਂਗੇ। ਕੇਂਦਰ ਸਰਕਾਰ ਨੂੰ ਆਪਾਂ ਅਪੀਲ ਕੀਤੀ, ਉਸ ਤੋਂ ਬਾਅਦ ਆਪਾਂ ਰਾਸ਼ਟਰਪਤੀ ਸਾਹਿਬ ਨੂੰ ਵੀ ਅਪੀਲ ਕੀਤੀ, ਇੱਥੇ ਗਵਰਨਰ ਸਾਹਿਬ ਨੂੰ ਵੀ ਆਪਾਂ ਰਿਪ੍ਰੈਜੈਂਟੇਸ਼ਨ ਦਿੱਤੀ, ਪਰ ਸਾਰਾ ਪ੍ਰੀ ਪਲੈਨਡ ਦੇ ਤਹਿਤ ਕਿਸ ਤਰੀਕੇ ਲੋਕ ਸਭਾ 'ਚੋਂ ਰਾਜ ਸਭਾ 'ਚੋਂ ਨੰਬਰ ਨਾ ਹੋਣ ਦੇ ਬਾਵਜੂਦ ਵੀ ਧੱਕੇਸ਼ਾਹੀ ਨਾਲ ਇਸ ਆਰਡੀਨੈਂਸ ਨੂੰ ਪਾਸ ਕੀਤਾ ਗਿਆ, ਸਭ ਨੇ ਵੇਖਿਆ। ਉੱਧਰ ਦੂਜੇ ਪਾਸੇ ਲੁਧਿਆਣਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਅਤੇ ਅਗਲੇ ਸਾਲ 50,000 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣੀਆਂ ਹਨ। ਖੇਤੀਬਾੜੀ ਸੈਕਟਰ ਨੂੰ ਲੈ ਕੇ ਭਾਜਪਾ ਵੱਲੋਂ ਕੀਤੇ ਗਏ ਵਾਰ ਦਾ ਜਵਾਬ ਦਿੰਦਿਆਂ ਮੰਤਰੀ ਆਸ਼ੂ ਨੇ ਕਿਹਾ ਕਿ ਭਾਜਪਾ ਸ਼ਹਿਰੀ ਪਾਰਟੀ ਹੈ, ਉਹਨਾਂ ਨੂੰ ਕਿਸਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਖੇਤੀ ਬਾਰੇ। ਰਾਹੁਲ ਗਾਂਧੀ ਜੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਸ਼ਿਰਕਤ ਕੀਤੀ, ਜਿਹੜਾ ਵਰਚੁਅਲੀ ਸਾਰੇ ਪੰਜਾਬ ਵਿੱਚ ਅੱਜ ਸੰਪੰਨ ਹੋਇਆ। ਉਹਦੇ 'ਚ ਤਕਰੀਬਨ 93,000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ, ਅਤੇ ਜਿਹੜਾ ਲੁਧਿਆਣੇ ਦਾ ਬਿਊਰੋ ਸੈਂਟਰ ਹੈ ਇਹਨਾਂ ਵੱਲੋਂ ਉਪਰਾਲਾ ਕਰਕੇ ਤਕਰੀਬਨ 8,000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ। ਅੱਜ ਬੜਾ ਸੁਭਾਗ ਭਰਿਆ ਦਿਨ ਹੈ, ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਬੜੀ ਵੱਡੀ ਅਨਾਊਂਸਮੈਂਟ ਕਰੀ ਹੈ ਜਿਹੜੀ ਪੰਜਾਬ ਦੇ ਯੂਥ ਲਈ ਹੈ। ਤਕਰੀਬਨ ਅਗਲੇ ਇੱਕ ਸਾਲ ਦੇ ਵਿੱਚ, ਆਉਣ ਵਾਲੇ 2 ਸਾਲਾਂ 'ਚ, ਇਸ ਸਾਲ ਔਰ ਅਗਲੇ ਸਾਲ 50,000 ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਸਾਰੇ ਯੂਥ ਨੂੰ, ਅਤੇ ਨਾਲ ਹੋਰ ਦਲਿਤ ਸਟੂਡੈਂਟਸ ਲਈ ਜਿਹੜਾ ਵਜ਼ੀਫਾ ਸੈਂਟਰ ਸਰਕਾਰ ਕੋਲੋਂ ਬੰਦ ਕੀਤਾ ਗਿਆ ਸੀ, ਉਹਦੇ ਵਾਸਤੇ ਸਟੇਟ ਵੱਲੋਂ ਸ਼ੁਰੂਆਤ ਕੀਤੀ ਜਾਏਗੀ ਇੱਕ ਨਵੀਂ ਸਕੀਮ ਦੇ ਤਹਿਤ। ਬੀਜੇਪੀ ਨੂੰ ਖੇਤੀ ਬਾਰੇ ਕੁਝ ਪਤਾ ਹੀ ਨਹੀਂ, ਉਹ ਸ਼ਹਿਰੀ ਲੋਕਾਂ ਦੀ ਪਾਰਟੀ ਹੈ। ਇੱਥੇ ਦੇ ਪੰਜਾਬ ਦੇ ਜਿੰਨੇ ਬੀਜੇਪੀ ਦੇ ਲੀਡਰ ਨੇ ਉਹ ਬਿਲਕੁਲ ਭਰਮਾਰੇ ਆ, ਉਹਨਾਂ ਨੂੰ ਪਤਾ ਨਹੀਂ ਕਿਸਾਨਾਂ ਦੇ ਖਦਸ਼ਿਆਂ ਦਾ ਪਤਾ ਨਹੀਂ। ਜੇ ਉਹਨਾਂ ਨੂੰ ਸਾਰਾ ਕੁਝ ਠੀਕ ਜਾਪਦਾ ਹੈ ਤਾਂ ਜੋ ਕਿਸਾਨ ਮੰਗਦੇ ਆ ਅੱਜ ਉਹ ਬਿੱਲਾਂ ਦਾ ਹਿੱਸਾ ਬਣਾ ਕੇ ਉਹਨਾਂ ਨੂੰ ਸ਼ਾਂਤ ਕੀਤਾ ਜਾ ਸਕਦਾ। ਅੱਜ ਉਹਨਾਂ ਨੂੰ ਖਦਸ਼ਾ ਹੈ, ਉਹਨਾਂ ਦਾ MSP ਰਜੀਮ ਖਤਮ ਕੀਤਾ ਜਾ ਸਕਦਾ। ਸਿੰਪਲੀ ਅਸੀਂ ਕਮਿਟਡ ਹਾਂ ਉਹਦੇ ਨਾਲ ਕੁਛ ਨਹੀਂ ਹੋ ਸਕਦਾ। ਤੁਸੀਂ ਅੱਜ ਵੀ ਕੱਲ੍ਹ ਦੀ GST ਦੀ ਮੀਟਿੰਗ 'ਚ ਜੋ ਸਟੇਟਾਂ ਨੇ ਆ ਉਹ ਕੋਨਸਟੀਟਿਊਸ਼ਨਲ ਕਮਿਟਮੈਂਟ ਸੀ ਜਿਹੜੀ GST ਦੀ ਕੰਪਨਸੇਸ਼ਨ ਦੀ, ਉਹ ਅੱਜ 8-8 ਮਹੀਨੇ ਤੋਂ ਪੂਰੀ ਨਹੀਂ ਹੋ ਰਹੀ। ਕਿਹੜੀ ਗਰੰਟੀ 'ਤੇ ਯਕੀਨ ਕਰਨ? ਕਿਸਾਨਾਂ ਨੂੰ ਕੋਈ ਯਕੀਨ ਨਹੀਂ ਹੈ ਜ਼ਬਾਨੀ ਗੱਲਾਂ 'ਤੇ। ਕਿਸਾਨ ਚਾਹੁੰਦੇ ਹੈ ਉਹਨਾਂ ਦਾ MSP ਰਜੀਮ, ਉਹਨਾਂ ਦਾ ਰਾਈਟ ਬਣਾਇਆ ਜਾਵੇ, ਤਾਂ ਸਿੰਪਲੀ ਵਿਧਾਨ ਸਭਾ ਸੱਦਣ, ਜਿਵੇਂ ਪਹਿਲਾਂ ਆਰਡੀਨੈਂਸ ਕੱਢੇ ਸੀ, ਹੁਣ ਦੁਬਾਰਾ ਆਰਡੀਨੈਂਸ ਕੱਢ ਕੇ ਉਹਦਾ ਹਿੱਸਾ ਬਣਾ ਦੇਣ, ਲੇਟਰ ਉਹਨਾਂ ਨੂੰ ਬਿੱਲ 'ਚ ਕਨਵਰਟ ਕਰ ਦੇਣ। ਕੌਣ ਰੋਕਦਾ ਹੈ ਉਹਨਾਂ?